ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਵਿੱਚ ਤੇ ਅੱਜ 9 ਤਰੀਕ ਹੋ ਚੁੱਕੀ ਆ ਤੇ ਕਾਫੀ ਦਿਨ ਤੋਂ ਕਾਫੀ ਜਿਹੜੀ ਰਾਤ ਮੈਂ ਵੀਡੀਓ ਪਾਣੀ ਸੀ ਬਟ ਮੇਰੇ ਜਿਹੜਾ ਫੋਨ ਸੀ ਉਹ ਟੁੱਟ ਗਿਆ ਸੀ ਪੂਰੀ ਤਰ੍ਹਾਂ ਦੇਖੀ ਕੁਛ ਨਹੀਂ ਰਿਹਾ ਹੁਣ ਮੈਂ ਸਕਰੀਨ ਨਵੀਂ ਪਾਈ ਆ ਤੇ ਬਾਅਦ ਵਿੱਚ ਵੀਡੀਓ ਬਣਾਣ ਲੱਗਾ ਆ ਤੇ ਵੀਰ ਜੀ ਅੱਜ ਜਿਹੜੀ 7 ਵਜੇ ਤੋਂ ਇੰਟਰੀ ਸ਼ੁਰੂ ਹੋ ਗਈ ਹੈ ਮੈਂ ਸਵੇਰੇ ਵੀਡੀਓ ਪਾਣੀ ਪਰ ਸਕਰੀਨ ਟੁੱਟ ਜਾਂਦੇ ਕਰਕੇ ਮੈਂ ਹੁਣ ਵੀਡੀਓ ਪਾ ਰਿਹਾ ਹਾਂ ਤੇ ਵੀਰ ਜੀ ਜੇ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਰ ਜੀ ਤਕਰੀਬਨ 100 ਮੁੰਡੇ ਦਾ ਅੱਜ ਗਰੁੱਪ 도ੜਿਆ ਹੋਇਆ ਜਿੰਨੇ ਵੀ ਗਰੁੱਪ 도ੜੇ ਨੇ ਸਾਰੇ ਪਹਿਲੇ ਗਰੁੱਪ ਤੋਂ ਹੀ ਲੈ ਕੇ 100 120 100 120 ਚਾਹੇ ਉਹ ਟਰੇਡਮੈਨ ਦਾ ਆ ਜਾਂ ਜੀਡੀ ਦਾ ਆ ਜਾਂ ਕਲਰਕ ਦਾ ਆ ਤੇ ਉਹਦੇ ਵਿੱਚੋਂ 5 45 ਦਾ ਜਿਹੜੇ ਟਾਈਮ ਕਵਰ ਕਰਨ ਦੇ ਨੇ ਉਹੀ ਮੁੰਡੇ 도ੜ ਕਰ ਕੱਢ ਰਹੇ ਨੇ ਤੇ ਰਾਤੀ ਮੈਨੂੰ ਦੋ ਤਿੰਨ ਮੁੰਡੇ ਮਿਲੇ ਸੀ ਜਿਹੜੇ ਮੇਰੇ YouTube ਜਿਹੜੇ ਸਬਸਕ੍ਰਾਈਬ ਕੀਤਾ ਹੈ ਤੇ ਪਿੰਨੂੰ ਕਹਿੰਦੇ ਕਿ ਮਿਲਣਾ ਆ ਭਾਜੀ ਤੁਹਾਨੂੰ ਤੇ ਉਹ ਰਾਤੀ ਮਿਲੇ ਸੀ ਤੇ ਉਹਨਾਂ ਨੇ ਹੋਰ ਵੀ ਮੈਡੀਕਲ ਬਾਰੇ ਜਾਣਕਾਰੀ ਦਿੱਤੀ ਉਹ ਮੁੰਡੇ ਦੋ ਫਿੱਟ ਨੇ ਤੇ ਇੱਕ ਦਾ ਐਮ ਐਚ ਐਕ ਕੰਨ ਦੀ ਮੈਲ ਦਾ ਇਸ ਕਰਕੇ ਮੈਂ ਤੁਹਾਨੂੰ ਬਾਰ ਬਾਰ ਕਹਿੰਨਾ ਕਿ ਕੰਨ ਦੀ ਮੈਲ ਜਿਹੜੀ ਆ ਸਾਫ਼ ਕਰਾ ਕੇ ਜ਼ਰੂਰ ਜਾਇਓ ਤੇ ਬਾਕੀ ਵੀਰ ਜੀ ਘੜੀ ਉਹਨਾਂ ਨੇ ਵੀ ਦੱਸ ਦਿੱਤਾ ਹੀ ਵੈਸੇ ਤੇ ਸਾਹਮਣੇ ਲੱਭਦੀ ਹੈ ਘੜੀ ਜਿਹੜੀ ਆ ਲੱਗੀ ਹੋਈ ਆ 5:45 ਦਾ ਟਾਈਮ ਪੂਰਾ ਮਿਲ ਰਿਹਾ ਹੈ 5 45 ਚ ਜਿੰਨੇ ਮੁੰਡੇ ਵੀ ਕੱਢਦੇ ਆ ਦੌੜ ਜਿੱਦਾਂ ਕਿ ਮੰਨ ਲਓ ਕਿ 100 ਮੁੰਡਾ ਦੌੜਿਆ ਜੇ 5 45 ਚ 30 ਮੁੰਡੇ ਆ ਗਏ ਤਾਂ 30 ਰੱਖੇ ਜਾਣਗੇ ਜੇ 40 ਆ ਗਏ 40 ਰੱਖੇ ਜਾਣਗੇ 50 ਆ ਗਏ 50 ਰੱਖੇ ਜਾਣਗੇ ਇਹ ਹੁਣ ਤੁਹਾਡੇ ਦੌੜਨ ਤੇ ਡਿਪੈਂਡ ਹੈ ਕਿ ਤੁਸੀਂ ਕਿੰਨੀ ਤੇਜ਼ ਦੌੜਦੇ ਹੋ ਤਾਂ ਕਿੰਨੇ ਛੇਤੀ ਉਹ 5 45 ਦੇ ਵਿੱਚ ਟਾਈਮ ਕਵਰ ਕਰੋਗੇ ਬਾਕੀ ਹੋਰ ਮੈਂ ਤੁਹਾਨੂੰ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਦਵਾਗਾ ਤਾਂ ਨੂੰ ਮੈਂ ਕੱਲ ਕਰੋਨਾ ਵਾਇਰਸ ਦੀ ਜਿਹੜੀ ਰਿਪੋਰਟ ਹੀ ਉਹ ਵੀਡੀਓ ਵਿੱਚ ਦਿਖਾ ਦਿੱਤੀ ਸੀ ਇਸ ਤਰ੍ਹਾਂ ਦਾ ਕਰੋਨਾ ਵਾਇਰਸ ਹੈ ਮਾਸਕ ਜ਼ਰੂਰ ਲੈ ਕੇ ਜਾਇਓ ਮਾਸਕ ਤੋਂ ਬਹੁਤ ਸ਼ਕਤੀ ਵਰਤਣ ਦੇ ਨੇ ਕਈ ਵਾਰ ਤੇ ਮਾਸਕ ਕਈਆਂ ਕੋਈ ਇੱਕ ਅੱਧਾ ਹੁੰਦਾ ਹੈ ਤੇ ਉਹ ਜਾਂਦਾ ਹੈ ਗਵਾਚ ਇਸ ਕਰਕੇ ਉਹਨਾਂ ਨੂੰ ਬਾਅਦ ਵਿੱਚ ਅੰਦਰ ਜਾ ਕੇ ਦੇਖਦੇ ਰਹਿੰਦੇ ਨੇ ਬਾਅਦ ਵਿੱਚ ਕੁੱਟ ਪੈਂਦੀ ਹੈ ਇਹਨਾਂ ਨੂੰ ਚੰਗਾ ਆਪਣਾ ਫੋਨ ਤੇ ਮਾਸਕ ਇਹ ਜ਼ਰੂਰੀ ਫੋਨ ਨੂੰ ਬਾਹਰ ਛੱਡ ਕੇ ਜਾਇਓ ਫੋਨ ਨੂੰ ਅੰਦਰ ਲੈ ਜਾਇਓ ਫੋਨ ਸਖਤ ਬਣਾਈਆਂ ਫੋਨ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਬਾਕੀ ਗਰਾਊਂਡ ਦੀ ਲਾਈਵ ਅਪਡੇਟ ਇਹ ਹੈ ਕਿ ਸਾਰੇ ਅੱਜ ਸਵੇਰ ਦੇ ਗਰੁੱਪ ਦੌੜੰਦੇ ਨੇ ਕਾਫੀ ਗਰੁੱਪ ਦੌੜ ਚੁੱਕੇ ਨੇ ਹੁਣ ਤਕਰੀਬਨ 4 ਜਾਂ 5 ਗਰੁੱਪ ਰਹਿ ਗਏ ਨੇ ਤੇ ਜਿਹੜੇ ਆ ਦੌੜ ਰਹੇ ਨੇ ਬਾਕੀ ਬਹੁਤ ਵਧੀਆ ਭਰਤੀ ਹੋ ਰਹੀ ਹੈ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਕਰਨਾ ਨਹੀਂ ਪੈ ਰਿਹਾ ਕਿਸੇ ਨੂੰ ਵੀ ਬਾਕੀ ਕਈ ਮੁੰਡੇ ਕਹਿ ਰਹੇ ਨੇ ਕੀ ਵੀਰ ਜੀ ਮੁੰਡੇ ਘਾਟ ਚੱਕ ਰਹੇ ਆ ਵੀਰ ਜੀ ਜਿਹੜਾ 5:45 ਦੇ ਟਾਈਮ ਨੂੰ ਕਵਰ ਨਹੀਂ ਕਰ ਰਿਹਾ ਉਹੀ ਰਹਿ ਰਿਹਾ ਬਾਕੀ ਸਾਰੇ ਮੁੰਡੇ ਪ੍ਰਤੀ ਹੋ ਗਏ ਬਾਕੀ ਵੀਰ ਜੀ ਪ੍ਰਤੀ ਜਿਹੜੀ ਆ ਬਹੁਤ ਵਧੀਆ ਹੋ ਰਹੀ ਹੈ ਕੋਈ ਇਹ ਨਹੀਂ ਕਹਿ ਸਕਦਾ ਕਿ ਪ੍ਰਤੀ ਮਾੜੀ ਹੋ ਰਹੀ ਹੈ ਬਿਲਕੁਲ ਵੀ ਭੀੜ ਐ ਨਹੀਂ ਆ ਆਰਾਮਦਾਰੀ ਨਾਲ ਪ੍ਰਤੀ ਹੋ ਰਹੀ ਹੈ ਤੇ 5:45 ਦਾ ਪੂਰਾ ਟਾਈਮ ਮਿਲ ਰਿਹਾ ਬਾਕੀ ਤੁਹਾਨੂੰ ਮੈਂ ਸੰਗੀਆਂ ਚੰਗੀਆਂ ਗੱਲਾਂ ਸਾਰੀਆਂ ਦੱਸ ਹੀ ਦਿੱਤੀਆਂ ਕਿ ਮੋਬਾਈਲ ਨਾਲ ਅੰਦਰ ਖੜਿਓ 마ਸਕ 2-3 ਲੈ ਕੇ ਜਾਇਓ ਕਿਹ ਵੇਲੇ ਇੱਕ 마ਸਕ 마ਸਕ ਗਵਾਟ ਜਾਂਦਾ ਆ ਕਿਤੇ ਰੱਖਿਆ ਜਾਂਦਾ ਆ ਤੇ ਉਹਨੋਂ ਬਾਅਦ ਦਿੱਕਤ ਹੁੰਦੀ ਆ 2-3 마ਸਕ ਜ਼ਰੂਰ ਲੈ ਕੇ ਜਾਇਓ ਪੈਨ ਘਰੋਂ ਲੈ ਕੇ ਜਾਇਓ ਫੈਵਿਕੋਲ ਉਦਾਂ ਦੇ ਉੱਥੋਂ ਮਿਲ ਜਾਂਦੀ ਬਾਕੀ ਤੁਸੀਂ ਆਪਣਾ ਸਮਾਨ ਪੂਰਾ ਲੈ ਕੇ ਜਾਓ ਫੈਵਿਕੋਲ ਜਿਹੜੀ ਹੁੰਦੀ ਆ ਜਿੰਨਾਂ ਨਾਲ ਫੋਟੋ ਚਪਕਾਈ ਦੀ ਉਹ ਵੀ ਲੈ ਕੇ ਜਾਓ ਤੇ ਤਕਰੀਬਨ ਜੇ ਸੇਖੋ ਤਾਂ 15-20 ਫੋਟੋਆਂ ਸਿੱਖਦੀਆਂ ਤੇ 15-20 ਫੋਟੋਆਂ ਮੋਨੇ ਦੀਆਂ ਲੈ ਕੇ ਜਾਓ ਤੇ ਬਾਕੀ ਜਿਹੜੇ ਹਿੰਦੂ ਨੇ ਉਹ ਸਿਰਫ ਫੋਟੋਆਂ ਜਿਹੜੀਆਂ 20 ਕ ਫੋਟੋਆਂ ਲੈ ਜਾਣ ਸਿਰਫ ਮੋਨੇ ਦੀਆਂ ਉਹਨਾਂ ਨੂੰ ਸਿੱਖ ਦੀ ਲੋੜ ਨਹੀਂ ਕਿਉਂਕਿ ਉਹ ਹਿੰਦੂ ਨੇ ਬ੍ਰਾਹਮਣ ਨੇ ਤੇ ਬਾਕੀ ਬਹੁਤ ਵਧੀਆ ਭਰਤੀ ਹੋ ਰਹੀ ਆ ਜਿੰ ਜਾਨਦੇ ਤੁਸੀਂ ਐਂਟਰੀ ਗੇਟ ਤੇ ਜਾਂਦੀ ਹੋ ਪੈਂਦੀਆਂ ਸਵੇਰੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਐਂਟਰੀ ਹੁੰਦੀ ਆ ਤੇ ਅੱਜ ਦਾ ਜਿਹੜਾ ਗਰੁੱਪ ਹੀ ਉਹ ਮੈਂ ਤੁਹਾਨੂੰ ਦੱਸ ਦਿੱਤਾ ਹੈ ਕਿ 100 ਮੁੰਡਿਆਂ ਦਾ ਤਕਰੀਬਨ ਗਰੁੱਪ ਬਣ ਰਿਹਾ ਵਾ ਤੇ ਜ਼ਿਆਦਾਤਰ ਮੁੰਡੇ ਦੌੜ ਕੱਢ ਗਏ ਨੇ ਬਾਕੀ ਮੈਡੀਕਲ ਦੀ ਬਹੁਤ ਵਧੀਆ ਮੈਡੀਕਲ ਹੋ ਰਿਹਾ ਹੈ ਬਾਕੀ ਆਪਣਾ ਜਦੋਂ ਛਾਤੀ ਮੈਂਦੇ ਹੋ ਤੇ 77 ਤੋਂ 82 ਸੈਂਟੀਮੀਟਰ ਛਾਤੀ ਹੁੰਦੀ ਆ ਇਸ ਕਰਕੇ ਪਹਿਲਾਂ ਹਵਾ ਨਾ ਭਰੋ ਤਾਂ ਮੈਂ ਦੱਸ ਦਵਾਂਗਾ ਕਿਸ ਤਰ੍ਹਾਂ ਭਰੀਦੀ ਹਵਾ ਤੇ ਸਿਰਫ ਤੁਸੀਂ ਆਪਣੇ ਪੇਟ ਦੀ ਹਵਾ ਜੜੀ ਆ ਉਹ ਛਾਤੀ ਵਿੱਚ ਕਰਨੀ ਹੈ ਜਿੱਦਾਂ ਕਿ ਇੱਕ ਸਾਹ ਲਈਦਾ ਇਦਾਂ બસ ਇਹੀ ਕੰਮ ਕਰਨਾ ਆ ਤੇ ਉਸੇ ਟਾਈਮ ਜਦੋਂ ਉਹਨਾਂ ਨੇ ਕਿਹਾ ਕਿ ਫਲਾ ਤੇ ਬਸ ਇਦਾਂ ਹੀ ਫਲਾਉਣੀਆਂ ਤੇ 77 ਤੋਂ 82 ਸੈਂਟੀਮੀਟਰ ਕਈ ਮੁੰਡੇ ਕੱਲ ਮੈਂ ਦੇਖਿਆ ਕਿ ਛਾਤੀ ਜੋ ਰਹਿ ਗਈ ਸੀ ਜਰਫ ਨਾਰਮਲ ਜੀਆਂ ਗੱਲਾਂ ਹੁੰਦੀਆਂ ਨੇ ਛਾਤੀ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਪੂਰੀ ਕਰਨੀ ਸਿਰਫ ਇੱਕ ਟੈਕਨਿਕ ਹੁੰਦੀ ਹੈ ਇੱਕ ਜਾਂਚ ਹੋਣੀ ਚਾਹੀਦੀ ਉਹਨਾਂ ਨੂੰ ਫਲਾਉਣ ਦੀ ਬਸ ਹੋਰ ਕੁਝ ਨਹੀਂ ਹੁੰਦਾ ਬਾਕੀ ਕਈ ਮੁੰਡੇ ਕਰਦੇ ਪਹਿਲਾਂ ਹੀ ਇਦਾਂ ਬਾਹਾਂ ਖੜੀਆਂ ਕਰ ਲੈਂਦੇ ਤੇ ਬਾਅਦ ਵਿੱਚ ਛਾਤੀ ਨਹੀਂ ਪੂਰੀ ਹੁੰਦੀ ਮੇਰਾ ਵੀਰ ਜਿਨ੍ਹਾਂ ਨੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੌਰੀ ਮੰਗਦਾ ਮੈਂ ਪਹਿਲਾਂ ਤੇ ਉਹਨਾਂ ਸਾਰਿਆਂ ਕੋ ਤੇ ਮੇਰਾ ਵੀਰ ਸਬਸਕ੍ਰਾਈਬ ਜ਼ਰੂਰ ਕਰਦੋ